ਲਰਨ ਟੂ ਐਕਚੁਅਲਾਈਜ਼ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਮੈਂ ਪ੍ਰੋਫੈਸਰ ਸਿਮਰਨਜੀਤ ਸਿੰਘ ਸੋ ਕੱਲ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਸਾਡਾ ਜਿਹੜਾ ਮਾਸਟਰ ਕੈਟੇਡ ਦਾ ਫਿਜ਼ੀਕਲ ਐਜੂਕੇਸ਼ਨ ਡੀਪੀ ਦਾ ਰنجੀਤ ਬੈਚ ਜਿਹੜਾ ਅਸੀਂ ਲਾਂਚ ਕੀਤਾ ਉਹਦੇ ਵਿੱਚ ਕਿਵੇਂ ਐਨਰੋਲ ਕਰਨਾ ਹੈ ਤੇ ਉਹਦੇ ਵਿੱਚ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਮਿਲਣਗੀਆਂ ਸੋ ਅੱਜ ਮੈਂ ਗੱਲ ਕਰਨ ਜਾ ਰਿਹਾ ਕਿ ਜੇ ਤੁਸੀਂ ਐਨਰੋਲ ਕਰ ਲਿਆ ਤੇ ਲੌਗ ਇਨ ਕਿਵੇਂ ਕਰਨਾ ਹੈ ਕੋਰਸ ਦੇ ਵਿੱਚ ਸੋ ਲੌਗ ਇਨ ਕਰਨ ਲਈ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਕੋਈ ਵੀ ਬ੍ਰਾਊਜ਼ਰ ਉੱਪਰ ਕੰਡਰ ਓਪਨ ਕਰ ਸਕਦੇ ਹੋ ਜਿਵੇਂ ਕਿ ਗੂਗਲ ਕ੍ਰੋਮ ਜੇ ਤੁਸੀਂ ਐਪਲ ਦਾ ਚਲਾ ਰਹੇ ਹੋ ਫੋਨ ਤੇ ਤੁਸੀਂ ਸਫਾਰੀ ਓਪਨ ਕਰ ਸਕਦੇ ਹੋ ਸੋ ਓਪਨ ਕਰਨ ਤੋਂ ਬਾਅਦ ਤੁਸੀਂ ਫਿਲ ਕਰਨਾ ਹੈ www.learntoeactualize.com ਜਿਵੇਂ ਤੁਸੀਂ ਸਰਚ ਕਰੋਗੇ ਤੇ ਸਾਡੀ ਵੈਬਸਾਈਟ ਓਪਨ ਹੋ ਜਾਏਗੀ ਸੋ ਉੱਥੇ ਉੱਪਰ ਹੀ ਆਪਸ਼ਨ ਆ ਰਿਹਾ ਹੈ ਸਾਈਨ ਇਨ ਦਾ ਠੀਕ ਹੈ ਜੀ ਸੋ ਜੇ ਤੁਸੀਂ ਐਨਰੋਲ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਾਈਨ ਅਪ ਕਰੋ ਐਨਰੋਲ ਕਰਕੇ ਠੀਕ ਹੈ ਜੀ ਸਾਈਨ ਅਪ ਕਰੋ ਤੇ ਜੇ ਸਾਈਨ ਅਪ ਕਰ ਲਿਆ ਤੇ ਸਾਈਨ ਇਨ ਕਰਨਾ ਹੈ ਲੌਗ ਇਨ ਕਰਨਾ ਹੈ ਸੋ ਇਸ ਵੀਡੀਓ ਦੇ ਵਿੱਚ ਸਾਈਨ ਇਨ ਲੌਗ ਇਨ ਦੀ ਆਪਾਂ ਗੱਲ ਕਰ ਰਹੇ ਹਾਂ ਸੋ ਸਾਈਨ ਇਨ ਤੇ ਕਲਿੱਕ ਕਰੋਗੇ ਤੇ ਕੁਝ ਇਦਾਂ ਦਾ ਇੰਟਰਫੇਸ ਆ ਜਾਏਗਾ ਸੋ ਜਿਸ ਈਮੇਲ ਆਈਡੀ ਦੇ ਥਰੂ ਤੁਸੀਂ ਐਨਰੋਲ ਕੀਤਾ ਸੀ ਕੋਰਸ ਦੇ ਵਿੱਚ ਉਹ ਇੱਥੇ ਫਿਲ ਕਰ ਦੇਣੀ ਹੈ ਤੇ ਜੋ ਪਾਸਵਰਡ ਐਨਰੋਲ ਕਰਨ ਟਾਈਮ ਤੁਸੀਂ ਫਿਲ ਕੀਤਾ ਸੀਗਾ ਉਹ ਪਾਸਵਰਡ ਇੱਥੇ ਫਿਲ ਕਰ ਦੇਣਾ ਮੰਨ ਲਓ ਤੁਹਾਨੂੰ ਪਾਸਵਰਡ ਭੁੱਲ ਗਿਆ ਠੀਕ ਹੈ ਜੀ ਮੰਨ ਲਓ ਤੁਹਾਨੂੰ ਪਾਸਵਰਡ ਭੁੱਲ ਗਿਆ ਹੈ ਇੱਥੇ ਆਪਣੀ ਈਮੇਲ ਆਈਡੀ ਭਰੋ ਤੇ ਇੱਥੇ ਫੋਰਗੇਟ ਪਾਸਵਰਡ ਲਿਖਿਆ ਹੋਇਆ ਉੱਤੇ ਕਲਿੱਕ ਕਰ ਦੇਣਾ ਠੀਕ ਹੈ ਜੀ ਜਦੋਂ ਉੱਥੇ ਕਲਿੱਕ ਕਰੋਗੇ ਇੱਕ ਨਵਾਂ ਇੰਟਰਫੇਸ ਖੁੱਲੇਗਾ ਜਿਵੇਂ ਮੰਨ ਲਓ ਮੈਂ ਇੱਥੇ ਲਿਖਿਆ ਸਿਮਰਨਜੀਤ ਸਿੰਘ ਬੀਬੀ ਕੇ 1313@gmail.com ਮੈਨੂੰ ਪਾਸਵਰਡ ਨਹੀਂ ਯਾਦ ਹੈਗਾ ਇੱਥੇ ਕਰ ਦੇਣਾ ਮੈਂ ਫੋਰਗੇਟ ਪਾਸਵਰਡ ਤੇ ਠੀਕ ਹੈ ਜੀ ਫੋਰਗੇਟ ਪਾਸਵਰਡ ਤੇ ਮੈਂ ਕਲਿੱਕ ਕਰ ਦੇਣਾ ਤੇ ਦੇਖੋ ਇੱਥੇ ਆ ਗਿਆ ਰੀਸੈਟ ਪਾਸਵਰਡ ਦਾ ਨਵਾਂ ਇੰਟਰਫੇਸ ਠੀਕ ਹੈ ਜੀ ਇੱਥੇ ਮੈਂ ਆਪਣੀ ਈਮੇਲ ਭਰ ਲਾਈਕ ਮੈਂ ਇੱਥੇ ਆਪਣੀ ਈਮੇਲ ਜਿਹੜੀ ਹੈਗੀ ਉਹ ਫਿਲ ਕਰਕੇ ਇਹਨੂੰ ਸਬਮਿਟ ਕਰ ਦਾਂ ਜਦੋਂ ਸਬਮਿਟ ਕਰੂੰਗਾ ਕਿ ਤੁਹਾਨੂੰ ਇੱਕ ਈਮੇਲ ਆ ਜਾਏਗੀ ਤੁਹਾਡੀ ਮੇਲ ਆਈਡੀ ਤੇ ਤੇ ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਆਪਣਾ ਪਾਸਵਰਡ ਚੇਂਜ ਕਰ ਸਕਦੇ ਹੋ ਠੀਕ ਹੈ ਸੋ ਇੱਥੇ ਮੈਂ ਦੇਖੋ ਇੱਕ ਜਿਹੜੀ ਆਈਡੀ ਦੇ ਨਾਲ ਮੈਂ ਲੌਗਇਨ ਕੀਤਾ ਸੀ ਸਿਮਰਨਜੀਤ ਸਿੰਘ bbk1313@gmail.com ਇੱਥੇ ਮੈਂ ਆਪਣਾ ਪਾਸਵਰਡ ਲਗਾ ਲਿਆ ਤੇ ਇਹਨੂੰ ਸਾਈਨ ਇਨ ਕਰ ਲਿਆ ਮਤਲਬ ਲੌਗਇਨ ਕਰ ਲਿਆ ਸੋ ਜਦੋਂ ਤੁਸੀਂ ਲੌਗਇਨ ਕਰ ਲੋਗੇ ਸਾਈਨ ਇਨ ਕਰ ਲੋਗੇ ਤੇ ਜਿਹੜਾ ਜਿਸ ਕੋਰਸ ਤੁਸੀਂ ਐਨਰੋਲ ਕੀਤਾ ਹੋਇਆ ਉਹ ਕੋਰਸ ਹਨ ਉੱਪਰ ਸ਼ੋ ਹੋ ਜਾਏਗਾ ਐਂਡ ਜੇ ਤੁਸੀਂ ਇਹਦੇ ਤੇ ਅੰਦਰ ਕੋਰਸ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਹਨਾ ਤੇ ਇੱਥੇ ਦੇਖੋ ਲਿਖਿਆ ਹੈ ਅਪਕਮਿੰਗ ਲਾਈਵ ਕਲਾਸ ਇੱਥੋਂ ਥੱਲੇ ਤੇ ਆ ਲਾਈਵ ਕਲਾਸ ਅੱਜ ਆਪਣੀ 8 ਵਜੇ ਲੱਗਣ ਜਾ ਰਹੀ ਹੈ ਠੀਕ ਹੈ ਜੀ ਟਾਪਿਕ ਹੈਗਾ ਐਕਸੀਲ ਐਂਡ ਪੈਂਡੀਕੂਲਰ ਬਾਡੀ ਇੱਥੇ ਕਲਿੱਕ ਕਰਨਾ ਇੱਥੇ ਕਲਿੱਕ ਕਰੋਗੇ ਤੇ 3 ਘੰਟਿਆਂ ਬਾਅਦ ਹਨਾ ਸਾਡੀ ਲਾਈਵ ਕਲਾਸ ਲੱਗਣ ਜਾ ਰਹੀ ਹੈ ਉਸ ਤੋਂ ਬਾਅਦ ਇਧਰ ਦੇਖੋ ਤੁਸੀਂ ਪੀਡੀਐਫ ਨੋਟਸ ਤੁਹਾਡੇ ਹੈਗੇ ਨੇ ਐਂਡ ਮੈਂ ਵੀਡੀਓ ਵੀ ਅਪਲੋਡ ਕੀਤੀ ਹੈ ਮੇਰੀ YouTube ਦੀ ਵੀਡੀਓ ਪਈ ਹੋਈ ਹੈ ਐਕਸੀਲ ਐਂਡ ਪੈਂਡੀਕੂਲਰ ਉੱਤਤੀ ਮੈਂ ਵੀਡੀਓ ਅਪਲੋਡ ਕਰਤੀ ਤੇ ਲੈਕਚਰ ਖਤਮ ਹੋਣ ਤੋਂ ਬਾਅਦ ਸਾਡਾ ਕੁイズ ਹੈਗਾ ਬਹੁਤ ਹੀ ਵਧੀਆ ਕੁイズ ਹੈ 27 ਸ 7 ਕੁਐਸਚਨਸ ਨੇ ਇਹਦੇ ਵਿੱਚ ਠੀਕ ਹੈ ਲੈਕਚਰ ਖਤਮ ਹੋਣ ਤੋਂ ਬਾਅਦ ਇਸ ਕੁイズ ਨੂੰ ਤੁਸੀਂ ਜ਼ਰੂਰ ਅਟੈਂਪਟ ਕਰਨਾ ਸੋ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਕਿ ਜੇ ਤੁਸੀਂ ਕੋਰਸ ਦੇ ਵਿੱਚ ਐਨਰੋਲ ਕਰ ਲਿਆ ਤੇ ਕਿਵੇਂ ਲੌਗਇਨ ਕਰਨਾ ਹੈ ਜੇ ਹੋਰ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਠੀਕ ਹੈ ਜੀ ਕੋਰਸ ਦੇ ਵਿੱਚ ਐਨਰੋਲ ਕਰਨ ਦੇ ਵਿੱਚ ਲੌਗਇਨ ਕਰਨ ਦੇ ਵਿੱਚ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਹੈ ਥੈਂਕ ਯੂ ਸੋ ਮੱਚ